ਸਾਡੇ ਨਾਲ ਮੈਂ ਕਿਹਾ ਬੜੀ ਪਿਆਰ ਵਾਲੀ ਜੋੜੀ ਮੌਜੂਦ ਹੈ ਇਹਨਾਂ ਨੂੰ ਪੁੱਛਨੇ ਆ ਕਿ ਇਹਨਾਂ ਨੂੰ ਗੁੱਸਾ ਆਉਂਦਾ ਹੈ ਕਿ ਨਹੀਂ ਅਸਲਾਮ ਅਲੈਕਮ ਜੀ ਵਾਲੇਕਮ ਅਸਲਾਮ ਤੇ ਦੱਸੋ ਭੈਣ ਜੀ ਤੁਹਾਨੂੰ ਗੁੱਸਾ ਆਉਂਦਾ ਹੈ ਕਿ ਨਹੀਂ ਆਉਂਦਾ ਜੀ ਹਾਂ ਆਤਾ ਹੈ ਕਿਹੜੀ ਗੱਲ ਤੇ ਗੁੱਸਾ ਆਉਂਦਾ ਹੈ ਮੀਆਂ ਲੇਟ ਆਏ ਘਰ ਤੋਂ ਫਿਰ ਗੁੱਸਾ ਹੀ ਆਏਗਾ ਲੋ ਨਾਜ਼ਰੀਨ ਇਹ ਮੇਰੀ ਭੈਣ ਦਾ ਵੀ ਇਹੀ ਕਹਿਣਾ ਹੈ ਕਿ ਆ ਭਾਈ ਜਾਨ ਮੈਂ ਕਿਹਾ ਬਾਹਰ ਮੰਗ ਪਤਾ ਖੇਡਦੇ ਨੇ ਪਤਾ ਨਹੀਂ ਕਿਹੜੇ ਸਜਣਾ ਦੀ ਮਹਿਫਲ 'ਚ ਬਹਿ ਕੇ ਰਾਤ ਨੂੰ ਲੇਟ ਆਉਂਦੇ ਨੇ ਬੂਹਾ ਖੜਕਾਉਂਦੇ ਨੇ ਤੇ ਮੇਰੀ ਭੈਣ ਤੀਜੀ ਮੰਜ਼ਿਲ ਤੋਂ ਆ ਕੇ ਬੂਹਾ ਖੋਲਦੀ ਹੈ ਗੁੱਸਾ ਤੇ ਆਉਣਾ ਹੀ ਹੈ ਲਓ ਭਾਅ ਜੀ ਤੁਸੀਂ ਦੱਸੋ ਤੁਹਾਨੂੰ ਗੁੱਸਾ ਕਿਹੜੀਆਂ ਗੱਲਾਂ ਤੇ ਆਉਂਦਾ ਹੈ ਪਹਿਲੇ ਤਾਂ ਤੁਸੀਂ ਝੂਠ ਬੋਲਿਆ ਜੀ ਮੈਨੂੰ ਤੇ ਲੁੱਡੋ ਨਹੀਂ ਖੇਡ ਨਹੀਂ ਆਉਂਦੀ ਹੈ ਅੱਛਾ ਲੁੱਡੋ ਨਹੀਂ ਖੇਡ ਨਹੀਂ ਆਉਂਦੀ ਪੱਬ ਜੀ ਤੇ ਖੇਡ ਨਹੀਂ ਆਉਂਦੀ ਹੈ ਨਾ ਨਹੀਂ ਉਹ ਵੀ ਨਹੀਂ ਆਉਂਦੀ ਜੱਸੂ ਪੰਜੂ ਵੀ ਨਹੀਂ ਖੇਡਦਾ ਆਉਂਦਾ ਕੁਛ ਵੀ ਨਹੀਂ ਉੱਡੀ ਉੱਡੀ ਕਾਂ ਉੱਡੀ ਆ ਆਪਣੇ ਬਿਜ਼ਨਸ ਤੋਂ ਇਲਾਵਾ ਕੋਈ ਕੰਮ ਨਹੀਂ ਆਉਂਦਾ ਬਿਜ਼ਨਸ ਵਾਓ ਇਹਦਾ ਮਤਲਬ ਤੁਸੀਂ ਸਾਰਾ ਧਿਆਨ ਬਿਜ਼ਨਸ ਨੂੰ ਦਿੰਦੇ ਜੇ ਮੇਰੀ ਭੈਣ ਨਾਲ ਤਾਂ ਤਵੱਜਾ ਨਹੀਂ ਦਿੰਦੇ ਉਸ ਵਿਚਾਰੀ ਦਾ ਹਾਲ ਵੇਖ ਲਓ ਤੁਸੀਂ ਕੀ ਕਰ ਦਿੱਤਾ ਸਭ ਤੋਂ ਪਹਿਲੇ ਬਿਜ਼ਨਸ ਜੀ ਬਾਅਦ ਚੋ ਹੀ ਬੀਵੀ ਵੈਸੇ ਭਾਜੀ ਸਭ ਤੋਂ ਪਹਿਲਾਂ ਘਰ ਸਭ ਤੋਂ ਪਹਿਲਾਂ ਫੈਮਿਲੀ ਬਾਕੀ ਗੱਲਾਂ ਬਾਅਦ ਦੀਆਂ ਕਮਾਵਾਂਗੇ ਤੇ ਇਹਨਾਂ ਵਾਸਤੇ ਲਿਆਵਾਂਗੇ ਨਾ ਉਹ ਭਾਜੀ ਖਾਣ ਵਾਲੇ ਜ਼ਿੰਦਾ ਰਹਿਣਗੇ ਤਾਂ ਕਮਾਓਗੇ ਨਹੀਂ ਉਹ ਜ਼ਿੰਦਾ ਰਹਿਣਗੇ ਅੱਲਾ ਦੀ ਜ਼ਾਤ ਨੂੰ ਸਲਾਮਤੀ ਦੇਵੇ ਪਰਵਰਦੇਗਾਰ ਉਹਨਾਂ ਵਾਸਤੇ ਕਮਾਉਂਦੇ ਪਏ ਜਾਣਾ ਪਿਆਰਿਆਂ ਵਾਸਤੇ ਤੇ ਗੁੱਸਾ ਕਿਹਦੇ ਤੇ ਆਉਂਦਾ ਤੁਹਾਨੂੰ ਗੁੱਸਾ ਹਾਂਜੀ ਗੁੱਸਾ ਲਿਆਵਾਂਗੇ ਤੇ ਆਏਗਾ ਨਹੀਂ ਆਏਗਾ ਤੇ ਨਹੀਂ ਆਏਗਾ ਤੁਹਾਡਾ ਮਤਲਬ ਇਹ ਕੋਈ ਵਜੂਹਾਤ ਵੀ ਤੇ ਹੁੰਦੀ ਨਾ ਗੁੱਸੇ ਦੀ ਬੰਦੇ ਨੂੰ ਗੁੱਸੇ ਰਹਿਣਾ ਚਾਹੀਦਾ ਹਰ ਹਾਲ ਦੇ ਵਿੱਚ ਤੇ ਤੁਹਾਡਾ ਤਾਂ ਵੈਸੇ ਮੂੰਹ ਬੜਾ ਸਮਾਈਲੀ ਹੈ ਬਿਲਕੁਲ ਇਹ ਸਮਾਈਲੀ ਰਹਿਣਾ ਚਾਹੀਦਾ ਇਨਸਾਨ ਨੂੰ ਦੁੱਖ ਵੀ ਆਉਂਦੇ ਨੇ ਸੁੱਖ ਵੀ ਹੁੰਦੀ ਹੈ ਮੁਸ਼ਕਲ ਤਾਂ ਉਹੀ ਹੈ ਜੋ ਇਨਸਾਨ ਹੱਸ ਕੇ ਗੁਜ਼ਾਰ ਲੇ ਮਤਲਬ ਹੱਸ ਕੇ ਗੁਜ਼ਾਰਨਾ ਚਾਹੀਦਾ ਅੱਛਾ ਅੱਛੀ ਬਾਤ ਹੈ ਨਾ ਅੱਜ ਵਕਤ ਹੁੰਦਾ ਨਾ ਉਹ ਲੇਟ ਜਾਂਦਾ ਹੈ ਤੇ ਜਿਹੜਾ ਅੱਛਾ ਵਕਤ ਹੁੰਦਾ ਜਲਦੀ ਗੁਜ਼ਰ ਜਾਂਦਾ ਤੁਹਾਡਾ ਮਤਲਬ ਇਹ ਦੁੱਖ ਸੁੱਖ ਦੇ ਨਾਲ ਵੀ ਇਨਸਾਨ ਨੂੰ ਸਮਝੌਤਾ ਕਰਨਾ ਚਾਹੀਦਾ ਤੇ ਗੁੱਸੇ ਨੂੰ ਮੇਰੀ ਭੈਣ ਪੀ ਜਾਣਾ ਚਾਹੀਦਾ ਜੀ ਹਾਂ ਬਿਲਕੁਲ ਤੁਸੀਂ ਘਰ 'ਚ ਬੋਤਲਾਂ ਵੀ ਪੀ ਜਾਂਦੇ ਬੋਤਲੇ ਤਾਂ ਬਹੁਤ ਜ਼ਿਆਦਾ ਮਾਰੇ ਘਰ ਮੈਂ ਯੂਜ਼ ਹੁੰਦੀ ਹੈ ਨਾਜ਼ਰੀਨ ਨੇ ਬੜੀਆਂ ਬੋਤਲਾਂ ਪੀਂਦੇ ਜੇ ਯਕੀਨ ਕਰੋ ਤੇ ਤੁਸੀਂ ਕੀ ਪੀਂਦੇ ਜੇ ਖਾਣੇ ਤੋਂ ਬਾਅਦ ਬੋਤਲ ਇਸਤੇਮਾਲ ਕਰਦੇ ਨੇ ਬੋਤਲ ਪੀ ਕੇ ਵੀ ਫਿਰ ਬੋਤਲ ਇਸਤੇਮਾਲ ਕਰਦੇ ਨੇ ਇਹ ਬੋਤਲ ਤੇ ਲੱਕ ਬੰਨਿਆ ਹੋਇਆ ਬਸ ਬੋਤਲਾਂ ਤੇ ਬਿਜ਼ਨਸ ਕਾਹਦਾ ਕਰਦੇ ਜੀ ਮਾਸ਼ਾਅੱਲਾ ਜੀ ਸਾਡਾ ਹੈਗਾ ਅਲਮਰਾਜ ਫਰਨੀਚਰ ਦੇ ਨਾਂ ਤੋਂ ਕੰਪਨੀ ਸਾਡੀ ਤੇ ਅਸੀਂ ਬਰਾਸ ਦਾ ਫਰਨੀਚਰ ਬਣਾਉਂਦੇ ਹਾਂ ਮਾਸ਼ਾਅੱਲਾ ਮਾਸ਼ਾਅੱਲਾ ਅੱਲਾ ਤੁਹਾਨੂੰ ਬਹੁਤ ਇੱਜ਼ਤ ਦੇਵੇ ਸਿਸਟਮ ਚਲਾਇਆ ਅੱਲਾ ਤਾਲਾ ਨੇ ਮਾਲਕ ਦੀ ਜ਼ਾਤ ਤੁਹਾਨੂੰ ਬਹੁਤ ਰਿਜ਼ਕ ਅਤਾ ਕਰੇ ਜੀ ਬਹੁਤ ਬਹੁਤ ਇੱਜ਼ਤਾਂ ਅਤਾ ਕਰੇ ਔਰ ਤੁਹਾਨੂੰ ਝੋਲੀਆਂ ਭਰ ਕੇ ਲੰਗਰ ਦੇਵੇ ਆਮੀਨ ਲੋ ਭਾਈ ਜਾਨ ਇਹੋ ਜਿਹੇ ਬੰਦਾ ਨਹਿਰ ਚ ਨਾਨ ਜਾਂਦਾ ਹੈ ਲੋਕੀ ਨਹਿਰ ਚ ਛਲਾਂਗ ਮਾਰਦੇ ਨੇ ਤੇ ਮੇਰਾ ਭਰਾ ਅੰਡਰ ਪਾ ਛਲਾਂਗ ਮਾਰ ਕੇ ਆਪਣੇ ਗੋਟੇ ਕਿੱਡੇ ਛਲਵਾ ਲੈਂਦਾ ਆਓ ਅੱਗੇ ਚਲੀਏ